ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਸਾਡੇ ਤਹਿਸੀਲ ਮਲੋਟ ਹੈ ਤੇ ਥਾਣਾ ਲੰਬੀ ਹੈ ਸਾਡਾ ਪਿੰਡ ਲੰਬੀ ਬਲਾਕ ਜੀ ਆਉਂਦਾ ਸਾਡੇ ਪਿੰਡ ਦਾ ਨਾਮ ਹੈ ਕੁੱਤਿਆਵਾਲੀ ਵੀਰ ਜੀ ਮੇਰੇ ਸਹੁਰਾ ਸਾਹਿਬ ਦਾ ਨਾਮ ਹੈ ਸਰਦਾਰ ਹਰਨਾਮ ਸਿੰਘ ਮੇਰੇ ਘਰ ਵਾਲੇ ਦਾ ਨਾਮ ਹੈ ਮਨਜੀਤ ਸਿੰਘ ਮੇਰੇ ਦਿਉਰ ਦਾ ਨਾਮ ਜਗਤਾਰ ਸਿੰਘ ਕਾਲਾ ਵੀਰ ਜੀ ਮੇਰੇ ਸਾਨੂੰ ਮੇਰੇ ਦਿਉਰ ਨੇ ਮੇਰੇ ਘਰ ਵਾਲੇ ਨੇ ਮੇਰੀ ਨਣਾਣਾ ਖੇਮੇ ਖੇੜੇ ਬਲਵੀਰੋ ਉਹਨਾਂ ਨੇ ਤੇ ਉਹਨਾਂ ਦੇ ਬੇਟੇ ਬਿੱਟੂ ਨੇ ਘਰੋਂ ਕੱਢਿਆ ਹੋਇਆ ਹੈ ਵੀਰ ਜੀ ਅਸੀਂ ਮਾਵਾਂ ਧੀਆ ਕਿਰਾਏ ਤੇ ਜਗਾ ਲੈ ਕੇ ਮਲੋਟ ਰਹਿਣੀਆਂ ਅਸੀਂ ਬਹੁਤ ਦੁਖੀ ਪਰਿਵਾਰ ਆ ਸਾਡੀ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਇੱਕ ਵੀਡੀਓ ਅਸੀਂ ਪਹਿਲਾਂ ਪਾਈ ਸੀ ਪਰ ਕਿਸੇ ਨੇ ਸਾਡਾ ਅਣਕੇ ਦੁੱਖ ਨਹੀਂ ਸੁਣਿਆ ਦੂਜੀ ਵੀਡੀਓ ਮੈਂ ਪਾਉਣੀ ਪਈ ਆ ਸੁਖਪ੍ਰੀਤ ਕੌਰ ਵੀਰ ਜੀ ਮੇਰੇ ਘਰ ਵਾਲੇ ਦਾ ਪਹਿਲਾ ਵਿਆਹ ਹੋਇਆ ਸੀ ਪਿੰਡ ਤੱਪਾ ਖੇੜਾ ਜਿਹੜੀ ਉਹਨਾਂ ਦੀ ਪਹਿਲਾ ਵਾਲੀ ਵਾਈਫ ਸੀ ਮੇਰੇ ਦਿਓਰ ਨਾਲ ਉਹਦਾ ਝਗੜਾ ਹੋਇਆ ਮੇਰਾ ਦਿਓਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਬਹੁਤ ਘਟੀਆ ਸੋਚਦਾ ਇਨਸਾਨ ਆ ਉਹਨੇ ਇੱਕ ਦਿਨ ਤੰਗ ਆ ਕੇ ਸਪਰੇਅ ਪੀ ਲਈ ਉਹਨਾਂ ਦੇ ਉਦੋਂ ਛੋਟੇ ਛੋਟੇ ਦੋ ਬੇਟੇ ਸੀ ਇੱਕ 10 ਸਾਲ ਦਾ ਇੱਕ 13 ਸਾਲ ਦਾ ਉਸ ਤੋਂ ਬਾਅਦ ਵੀਰ ਜੀ ਮੇਰੇ ਹਸਬੈਂਡ ਦਾ ਵਿਆਹ ਮੇਰੇ ਨਾਲ ਹੋਇਆ ਮੈਂ 20 ਸਾਲ ਉਹਨਾਂ ਦੇ ਬੱਚੇ ਪਾਲ ਸਾਂਭ ਕੇ ਛੋਟੇ-ਛੋਟੇ ਵੱਡੇ ਕਰਕੇ ਉਹਨਾਂ ਨੂੰ ਮੰਗਿਆ ਵਿਆਇਆ ਹੁਣ ਉਹਨਾਂ ਨੇ ਵੀਰਜੀ ਮੇਰੇ ਦਿਓਰ ਨੇ ਮੇਰੇ ਘਰ ਵਾਲੇ ਨੇ ਮੇਰੀ ਨਨਾਨ ਖੇਮੇ ਖੜੇ ਤੋਂ ਬਲਵੀਰੋ ਉਹਨਾਂ ਦਾ ਬੇਟਾ ਬਿੱਟੂ ਉਹਨਾਂ ਨੇ ਸਾਨੂੰ ਵੀ ਉਵੇਂ ਤੰਗ ਪਰੇਸ਼ਾਨ ਕਰਦੇ ਆ ਤੇ ਸਾਨੂੰ ਮਾਵਾਂ ਧੀਆਂ ਨੂੰ ਘਰੋਂ ਕੱਢਦਾ ਸਾਡੇ ਕੋਲ ਵੀਰਜੀ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈਗਾ ਮੈਂ ਆਪਦੀ ਜਵਾਨ ਟੀ ਲੈ ਕੇ ਰੁੱਲਦੀ ਫਿਰਦੀ ਆ ਵੀਰਜੀ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੁੰਦਾ ਪਿਆ ਹੈ ਸਾਡਾ ਇਨਸਾਫ ਕੀਤਾ ਜਾਵੇ ਅਸੀਮ ਮਲੋਟ ਕੇਸ ਲਾਇਆ ਹੋਇਆ ਹੈ ਫੈਮਿਲੀ ਕੋਰਟ ਚ ਸਾਡਾ ਕੇਸ ਗਿਆ ਚਲਾ ਮੁੱਖ ਸਰ ਤੋਂ ਜੱਜ ਸਾਹਿਬਾਣ ਹੁੰਦੇ ਆ ਤਰੀਕਾ ਪਈ ਜਾਂਦੀ ਹੈ ਵੀਰ ਜੀ ਟਾਈਮ ਬਹੁਤ ਮਾੜਾ ਚੱਲਦਾ ਪਿਆ ਹੈ ਮੇਰੀ ਤੁਹਾਡੇਗੇ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਸਾਡਾ ਜੋ ਜੈਜ ਬਣਦਾ ਹਿੱਸਾ ਜ਼ਮੀਨ ਚੋਂ ਸਾਨੂੰ ਦਿੱਤਾ ਜਾਵੇ ਤੇ ਮੈਂ ਆਪਦੀ ਜਵਾਨਤੀ ਲੈ ਕੇ ਰੁਲਾਨਾ ਮੈਂ ਕੋਈ ਇਹਨੂੰ ਮੰਗਾ ਵਿਆਹਾਂ ਦੇ ਫਰਜ਼ ਅਦਾ ਕਰਾਂ ਸਾਡੇ ਏਰੀਏ ਦੇ ਚੇਅਰਮੈਨ ਸਰਦਾਰ ਤੇਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਨੂੰ ਵੀ ਮੈਂ ਇਸ ਹਫਤੇ ਫੋਨ ਕੀਤਾ ਵੀਰ ਜੀ ਅਸੀਂ ਤੁਹਾਨੂੰ ਬੁਟਾ ਪਾਈਆਂ ਤੁਸੀਂ ਸਾਡੇ ਪਰਿਵਾਰ ਨਾਲ ਜੁੜੇ ਹੋਇਓ ਸਾਡੇ ਪਰਿਵਾਰ ਨੂੰ ਸਮਝਾਓ ਤੇ ਉਹਨਾਂ ਨੂੰ ਕਹੋ ਕਿ ਤੁਹਾਡੀ ਬੇਟੀ ਆ ਤੁਹਾਡੀ ਨੋ ਆ ਉਹ ਰੋਲਦੀਆਂ ਫਿਰਦੀਆਂ ਉਹਨਾਂ ਦਾ ਜੋ ਹਿੱਸਾ ਜੈਜ ਬਣਦਾ ਉਹਨਾਂ ਨੂੰ ਜ਼ਮੀਨ ਚੋਂ ਦਿੱਤਾ ਜਾਵੇ ਉਹਨਾਂ ਨੇ ਵੀ ਕਹਿਤਾ ਕਿ ਹਾਂ ਅਸੀਂ ਗੱਲ ਕਰਾਂਗੇ ਪਰ ਕੋਈ ਵੀ ਅੱਗੋਂ ਜਵਾਬ ਨਹੀਂ ਆਇਆ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ 24 ਕਿੱਲੇ ਜ਼ਮੀਨ ਆਉਂਦੀ ਵੀਰ ਜੀ ਮੇਰੇ ਘਰ ਵਾਲੇ ਨੂੰ ਜਿਹੜੀ ਜ਼ਮੀਨ ਆ ਉਹ ਜਿਹੜੀ ਪਹਿਲੀ ਵਾਈਫ ਦੇ ਦੋ ਬੇਟੇ ਆ ਉਹਨਾਂ ਦੇ ਨਾਲ ਲਵਾਤੀ ਐ ਸਾਡੇ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗਾ ਸਾਡੇ ਨਾਲ ਬਹੁਤ ੱਤਕਾ ਹੁੰਦਾ ਪਿਆ ਹੈ ਸਾਡੇ ਸ਼ਰੀਕੇ ਵਾਲੇ ਆ ਮੇਰੇ ਸਾਰਾ ਪਰਿਵਾਰ ਚੋਂ ਹੀ ਜੋ ਕਿਰਨ ਦੇ ਦਾਦਾ ਜੀ ਮੇਰੇ ਸਾਰਾ ਸਾਹਬ ਤੇ ਉਹ ਸਾਡੇ ਟਾਣੀ ਤੋਂ ਸ਼੍ਰੀਕੇ ਵਾਲੇ ਸਾਡੇ ਤਾਇਆ ਜੀ ਉਹਨਾਂ ਦਾ ਪਰਿਵਾਰ ਸਾਡੀ ਬਹੁਤ ਸਪੋਰਟ ਕਰਦਾ ਸਾਨੂੰ ਖਰਚਾ ਦਿੰਦੇ ਆ ਘਰ ਦਾ ਕਿਰਾਇਆ ਦਿੰਦੇ ਆ ਸਾਰਾ ਖਰਚਾ ਸਾਨੂੰ ਉਹ ਹੀ ਦਿੰਦੇ ਆ ਪਰ ਸਾਡੀ ਤੁਹਾਡੇ ਅੱਗੇ ਮੰਗ ਆ ਵੀਰ ਜੀ ਟਾਈਮ ਬਹੁਤ ਮਾੜਾ ਚੱਲਦਾ ਪਿਆ ਹੈ ਸਾਡੇ ਨਾਲ ਜੋ ਵੀ ਸਾਡੀ ਸਚਾਈ ਸੁਣ ਕੇ ਸਾਡਾ ਦੁੱਖ ਵੇਖ ਕੇ ਸਾਡਾ ਹਿੱਸਾ ਦਵਣ ਚ ਸਾਡੀ ਮਦਦ ਕਰੋ ਇਹ ਵੀਡੀਓ ਵੀਰ ਜੀ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਬਣਾਉਣੀ ਪਈ ਆ ਕੁਛ ਵੀ ਝੂਠ ਨਹੀਂ ਆ ਵੀਰ ਜੀ ਸਾਡੇ ਨਾਲ ਬਹੁਤ ੱਕਾ ਹੁੰਦਾ ਪਿਆ ਆ ਮੇਰੀ ਬੇਟੀ ਆ ਵੀਰ ਜੀ 19 ਸਾਲ ਦੀ ਐਡੀ ਧੀ ਲੈ ਕੇ ਮੈਂ ਰੁੱਲਦੀ ਫਿਰਦੀ ਆ ਪਹਿਲਾਂ ਮੇਰੀ ਧੀ ਨੇ ਵੀਡੀਓ ਪਾਈ ਸੀ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਵੀਰ ਜੀ ਆ ਮਟਿਆਰ ਧੀ ਲੈ ਕੇ ਮੈਂ ਰੁੱਲਦੀ ਪਈ ਆ ਸਾਡੇ ਨਾਲ ਤਕਾ ਹੁੰਦਾ ਪਿਆ ਵੀਰ ਜੀ ਸਾਸਰੀ ਕਲਵੀਰ ਜੀ